ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਗਾ ਜੀ ਸਰਵ ਦੋਸ਼ ਨਾਸ਼ਕ ਰਵੀ ਯੋਗ ਜਿਹੜਾ ਸ਼ਾਮ ਦੇ 6:27 ਤੋਂ ਸਟਾਰਟ ਹੋਏਗਾ ਅਤੇ ਅਗਲੇ ਦਿਨ 7:45 ਸ਼ਾਮ ਤੱਕ ਚੱਲੇਗਾ ਇਹਦਾ ਮਤਲਬ ਇਸ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਸ਼ੁਭ ਕੰਮ ਕਰ ਸਕਦੇ ਹੋ ਲੇਕਿਨ ਅੱਜ ਹੀ ਅਸ਼ੁਭ ਜਵਾਲਾਮੁਖੀ ਯੋਗ ਵੀ ਸ਼ੁਰੂ ਹੋ ਰਿਹਾ ਜਿਹੜਾ 10:26 ਤੇ ਸਟਾਰਟ ਹੋਏਗਾ ਅਤੇ ਸ਼ਾਮ ਦੇ ਜਿਹੜਾ ਹੈ ਅੱਜ 6:27 ਤੇ ਚੱਲੇਗਾ ਯਾਨੀ ਕਿ ਦੋਨੇ ਯੋਗ ਭਿੜ ਗਏ ਆ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕੁੰਡਲੀ ਦਿਖਾਉਣੀ ਪਏਗੀ ਕਿ ਤੁਹਾਡੇ ਲਈ ਅੱਜ ਕੋਈ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਸ਼ੁਭ ਕੰਮ ਇਸ ਲਈ ਉਸ ਤੋਂ ਬਾਅਦ ਹੀ ਡਿਸਾਈਡ ਕਰਿਓ ਰਾਹੂ ਕਾਲ ਦੀ ਗੱਲ ਕਰਦੇ ਹਾਂ ਅੱਜ 1:30 ਦੁਪਹਿਰ ਤੋਂ ਲੈ ਕੇ 3 ਤੱਕ ਦੁਪਹਿਰ ਬਾਅਦ ਤੱਕ ਹੈ ਇਸ ਲਈ ਇਸ ਕੰਮ 'ਚ ਵੀ ਕੋਈ ਟਾਈਮ 'ਚ ਵੀ ਕੋਈ ਸ਼ੁਭ ਕੰਮ ਨਾ ਕਰਿਓ ਕਿਉਂਕਿ ਉਹਦੇ 'ਚ ਵਿਘਨ ਬਾਧਾਵਾਂ ਆ ਸਕਦੀਆਂ ਨੁਸਖਾ ਨੋਟ ਕਰੋ ਕਈ ਵਾਰੀ ਆਪਾਂ ਬੜਾ ਹੀ ਗਰਮ ਗਰਮ ਜਿਹਾ ਖਾਣਾ ਖਾਂਦੇ ਹਾਂ ਉਦੋਂ ਬਾਅਦ ਕੋਲਡ ਡਰਿੰਕ ਪੀ ਲੈਂਦੇ ਹਾਂ ਅਤੇ ਆਪਣਾ ਗਲਾ ਬੈਠ ਜਾਂਦਾ ਹੈ ਜਦੋਂ ਵੀ ਐਸੀ ਹਾਲਤ ਹੁੰਦੀ ਹੈ ਦਵਾਈਆਂ ਲੈ ਕੇ ਠੀਕ ਨਹੀਂ ਹੋ ਰਹੇ ਹੁੰਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 1 ਗ੍ਰਾਮ ਮਲੱਠੀ ਦਾ ਚੂਰਨ ਲੈਣਾ ਉਹਨੂੰ ਚਬਾਉਂਦੇ ਚਬਾਉਂਦੇ ਹੀ ਸੌ ਜਾਣਾ ਸਵੇਰੇ ਉੱਠੋਗੇ ਕਾਫੀ ਰਾਹਤ ਹੋਏਗੀ 3-4 ਵਾਰੀ ਇਹਨੂੰ ਤੁਸੀਂ ਸਿਰਫ ਰਿਪੀਟ ਕਰ ਦਿਓ ਟੋਟਕਾ ਨੋਟ ਕਰੋ ਘਰ ਦੇ ਵਿੱਚ ਬਰਕਤ ਦੇ ਲਈ ਕਾਲੇ ਚਾਵਲ ਤੁਸੀਂ ਚਾਂਦੀ ਦੀ ਡੱਬੀ ਦੇ ਵਿੱਚ ਰੱਖ ਕੇ ਪ੍ਰੋਪਰ ਉਹਨੂੰ ਸਿੱਧ ਕਰਵਾ ਕੇ ਪਾਠ ਪੂਜਾ ਕਰਕੇ ਤਿਜੋਰੀ ਦੇ ਵਿੱਚ ਰੱਖੋਗੇ ਪੰਡਾਲ ਦੇ ਵਿੱਚ ਰੱਖੋਗੇ ਤਾਂ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਏਗੀ ਰੁਦਰਾਕਸ਼ ਦੇ ਬਾਰੇ ਅਸੀਂ ਦੱਸਿਆ ਸੀ ਕੁਝ ਸ਼ਰਤਾਂ ਜਿਹਨੇ ਪਾਉਣਾ ਕਿੰਨਾ ਕਿੰਨਾ ਨਿਯਮਾਂ ਦਾ ਉਹਨਾਂ ਨੂੰ ਪਾਲਣ ਕਰਨਾ ਪਏਗਾ ਇੱਕ ਤਾਂ ਤੁਸੀਂ ਨੀਚ ਕਰਮ ਵਾਲੇ ਵਿਅਕਤੀਆਂ ਨੂੰ ਸਪਰਸ਼ ਨਹੀਂ ਕਰਨ ਦੇਣਾ ਜਿੱਦਾਂ ਜਿਹੜੇ ਲੋਕ ਬਹੁਤ ਦਾਰੂ ਪੀਂਦੇ ਆ ਜਾਂ ਬਹੁਤ ਜ਼ਿਆਦਾ ਨਾਨ ਵੈਜ ਖਾਂਦੇ ਆ ਜਾਂ ਬਹੁਤ ਮਾੜੇ ਕੰਮ ਕਰਦੇ ਆ ਲੋਕਾਂ ਨੂੰ ਮਾਰਦੇ ਕੁੱਟਦੇ ਆ ਹੱਕ ਉਹਨਾਂ ਦੇ ਮਾਰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਨੀਚ ਕਰਮ ਵਾਲੇ ਵਿਅਕਤੀ ਸੋ ਐਸੀ ਹਾਲਤ ਦੇ ਵਿੱਚ ਉਹਨਾਂ ਨੂੰ ਸਪਰਸ਼ ਨਾ ਕਰਨ ਦਿਓ ਜਦੋਂ ਤੁਸੀਂ ਇੱਕ ਰੁਦਰਾਕਸ਼ ਪਾਇਆ ਹੋਇਆ ਜ਼ਿਆਦਾਤਰ ਤੁਸੀਂ ਮੌਨ ਰਹੋ ਯਾਨੀ ਕਿ ਸ਼ਾਂਤ ਰਹੋ ਮਨ ਤੁਹਾਡਾ ਸਥਿਰ ਅਤੇ ਸਾਫ਼ ਅਤੇ ਸਵਸਥ ਹੋਣਾ ਚਾਹੀਦਾ ਹੈ ਤਾਂ ਹੀ ਰੁਦਰਾਕਸ਼ ਚੰਗਾ ਅਸਰ ਕਰ ਸਕਦਾ ਹੈ ਸੋ ਵਾਸਤੂ ਦੀ ਗੱਲ ਕਰਦੇ ਹਾਂ ਪਹਿਲਾਂ ਜਿਹੜਾ ਹੈਗਾ ਜਿਹੜਾ ਪਹਿਲਾ ਫਲੋਰ ਹੈਗਾ ਕਰਦਾ ਪਹਿਲੀ ਮੰਜ਼ਿਲ ਉਸ 'ਤੇ ਖਿੜਕੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਅਤੇ ਉੱਤੇ ਉੱਤੇ ਜਿਉਂ ਜਿਉਂ ਜਾਂਦੇ ਰਹੋ ਖਿੜਕੀਆਂ ਘੱਟ 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 ਹੋਣੀਆਂ ਚਾਹੀਦੀਆਂ ਉਹਦੇ ਨਾਲ ਜ਼ਿਆਦਾ ਵਧੀਆ ਰਿਜ਼ਲਟਸ ਮਿਲਦੇ ਆ ਘਰ ਦੇ ਵਿੱਚ ਰਤਨ ਦੀ ਗੱਲ ਕਰਦੇ ਹਾਂ ਮੀਨ ਰਤਨ ਜਿਨ੍ਹਾਂ ਦੀ ਰਾਸ਼ੀ ਹੈਗੀ ਹੈ ਰਤਨ ਦੀ ਗੱਲ ਕਰ ਰਹੇ ਮੀਨ ਰਾਸ਼ੀ ਯਾਨੀ ਕਿ ਪਾਈਸਿਸ ਜਿਨ੍ਹਾਂ ਦੀ ਹੈ ਜਿਹੜੇ ਲੋਕ ਕਹਿੰਦੇ ਆ ਕਿ ਸਾਡੀ ਡੇਟ ਆਫ ਬਰਥ ਟਾਈਮ ਪਲੇਸ ਸਾਨੂੰ ਪਤਾ ਹੀ ਨਹੀਂ ਕਿਹੜੀ ਹੈਗੀ ਹੈ ਲੇਕਿਨ ਅਸੀਂ ਸਟੋਨ ਪਾਉਣਾ ਚਾਹੁੰਦੇ ਹਾਂ ਯਾਨੀ ਕਿ ਦੀ ਦੂ ਦੇ ਦੋ ਕਾ ਚਾ ਫਿਰ ਸ਼ ਚ ਚਾ ਚੀ ਜਿਨ੍ਹਾਂ ਦੇ ਹੈ ਰਾਸ਼ੀ ਬਣਦੀ ਹੈ ਮੀਨ ਪੁਖਰਾਜ ਜਾਂ ਉਹਦਾ ਉਪਰਤਨ ਸੁਨੇਲਾ ਪਾ ਸਕਦੇ ਹਾਂ ਫਿਰ ਸ਼ਨੀ ਦੀ ਸਾੜਸਤੀ ਦਾ ਇੱਕ ਹੋਰ ਉਪਾਅ ਅੱਜ ਨੋਟ ਕਰ ਲਓ ਬੜੇ ਲੋਕ ਪੁੱਛਦੇ ਆ ਕਿਉਂਕਿ ਜਦੋਂ ਤੋਂ ਸ਼ਨੀ ਵਰਿਸ਼ਚਿਕ ਦੇ ਵਿੱਚ ਗਿਆ ਲੋਕਾਂ ਦੀਆਂ ਦੁੱਖ ਦਰਦ ਤਕਲੀਫਾਂ ਬਹੁਤ ਹੀ ਜ਼ਿਆਦਾ ਵੱਧ ਗਈਆਂ ਸਾਡੇ ਕੋਲ ਸ਼ਨੀਦੇਵ ਦੇ ਸਤਾਏ ਹੋਏ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਆ ਰਹੇ ਨੇ ਸੋ ਐਸੀ ਹਾਲਤ ਦੇ ਵਿੱਚ ਕਾਲੇ ਕੁੱਤੇ ਨੂੰ ਤੁਸੀਂ ਜਿਹੜਾ ਸ਼ਨੀਵਾਰ ਨੂੰ ਮਾਂ ਦੀ ਦਾਲ ਅਤੇ ਕਾਲੇ ਤਿਲਾਂ ਵਾਲੀ ਖਿਚੜੀ ਖਿਲਾਓਗੇ ਬਹੁਤ ਵਧੀਆ ਇਹਨਾਂ ਰਿਜ਼ਲਟਸ ਮਿਲਣਗੇ ਸੋ ਬੜੇ ਦਰਸ਼ਕ ਸਾਡਾ ਕਈ ਵਾਰੀ ਪ੍ਰੋਗਰਾਮ ਮਿਸ ਕਰ ਜਾਂਦੇ ਆ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਸਾਡੇ ਨੰਬਰ 9876220533 ਨੂੰ ਵਟਸਐਪ 'ਤੇ ਐਡ ਕਰ ਲਓ ਰਿਕੁਐਸਟ ਭੇਜ ਦਿਓ ਸਾਨੂੰ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਭੇਜ ਦਿਓ ਅਸੀਂ ਖੁਦ ਐਡ ਕਰਾਂਗੇ ਅਤੇ ਆਪਣੇ ਯੂਟਿਊਬ 'ਤੇ ਪੈਣ ਵਾਲੇ ਇਸ ਪ੍ਰੋਗਰਾਮ ਦਾ ਤੁਹਾਨੂੰ ਰੋਜ਼ ਲਿੰਕ ਭੇਜਾਂਗੇ ਤੁਸੀਂ ਆਪਣੇ ਐਂਡਰਾਇਡ ਫੋਨ ਦੇ ਉੱਤੇ ਹੀ ਸਾਡੇ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਫੇਸਬੁੱਕ 'ਤੇ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨਾਮ 'ਤੇ ਸਾਡੇ ਪੇਜ ਨੂੰ ਵੀ ਲਾਈਕ ਕਰ ਸਕਦੇ ਹੋ ਸੋ ਅੱਜ ਦਾ ਰਾਸ਼ੀਫਲ ਹੁਣ ਸੁਣ ਲਓ ਜੀ ਮੇਸ ਰਾਸ਼ੀ ਵਾਲੇ ਅੱਜ ਕੋਈ ਮਸੀਹਾ ਤੁਹਾਡੀ ਜ਼ਿੰਦਗੀ 'ਚ ਆਏਗਾ ਜਿਹਦੇ ਆਉਣ ਦੇ ਨਾਲ ਤੁਹਾਡੀ ਲਾਈਫ ਦੇ ਵੱਡੇ ਵੱਡੇ ਪ੍ਰੋਬਲਮਸ ਜਿਹੜੇ ਬਹੁਤ ਜਲਦੀ ਸੋਲਵ ਹੋਣ ਦੇ ਚਾਂਸਿਸ ਬਣਦੇ ਆ ਵਰਿਸ਼ਠ ਰਾਸ਼ੀ ਵਾਲੇ ਅੱਜ ਤੰਤਰ ਦਾ ਪ੍ਰਯੋਗ ਤੁਹਾਡੇ 'ਤੇ ਹੋ ਸਕਦਾ ਬਹੁਤ ਹੀ ਕੇਅਰਫੁਲ ਰਹੀਓ ਜੇ ਪ੍ਰਯੋਗ ਹੋ ਚੁੱਕਿਆ ਹੈ ਤਾਂ ਉਹਦਾ ਉਪਾਅ ਜ਼ਰੂਰ ਕਰਵਾ ਲਓ ਮਿਥੁਨ ਰਾਸ਼ੀ ਵਾਲੇ ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ ਕਰਕ ਰਾਸ਼ੀ ਵਾਲੇ ਮਾਨ ਸਨਮਾਨ ਤੁਹਾਡਾ ਬਰਕਰਾਰ ਰਹੇਗਾ ਬਣਿਆ ਰਹੇਗਾ ਅਤੇ ਤੁਹਾਨੂੰ ਬਹੁਤ ਖੁਸ਼ੀਆਂ ਮਿਲਣ ਵਾਲੀਆਂ ਹੈ ਸਿੰਘ ਰਾਸ਼ੀ ਵਾਲੇ ਕਿਸੇ ਵੱਡੇ ਅਫਸਰ ਦੇ ਨਾਲ ਅੱਜ ਵਿਗਾੜ ਪੈ ਸਕਦਾ ਜਿਸ ਕਾਰਨ ਲਾਈਫ ਦੇ ਵਿੱਚ ਟੈਨਸ਼ਨਾਂ ਵੱਧ ਸਕਦੀਆਂ ਹੈ ਕੰਨਿਆ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈਗਾ ਪਿਤਾ ਜੀ ਦੇ ਨਾਲ ਤੁਹਾਡੇ ਨਾਲ ਤਕਰਾਰ ਹੋ ਸਕਦਾ ਕੋਸ਼ਿਸ਼ ਕਰੀਏ ਉਹਨਾਂ ਦਾ ਨਾਲ ਬਹਿਸ ਨਾ ਹੋਵੇ ਅਤੇ ਉਹਨਾਂ ਦਾ ਅਪਮਾਨ ਨਾ ਹੋਵੇ ਕੰਨਿਆ ਰਾਸ਼ੀ ਵਾਲੇ ਅੱਜ ਧਨ ਉਧਾਰ ਬਿਲਕੁਲ ਨਾ ਲਈਓ ਕਿਉਂਕਿ ਧਨ ਦੇ ਡੁੱਬਣ ਦੇ ਆਸਾਰ ਬਣ ਸਕਦੇ ਆ ਤੁਲਾ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈਗਾ ਥੋੜ੍ਹਾ ਜਿਹਾ ਤੁਹਾਨੂੰ ਕੇਅਰਫੁਲ ਰਹਿਣ ਦੀ ਲੋੜ ਹੈਗੀ ਹੈ ਕਿ ਕੋਈ ਵੀ ਤੁਹਾਡੇ ਖਿਲਾਫ਼ ਸ਼ਰਾਰਤ ਕਰਕੇ ਤੁਹਾਨੂੰ ਹੀ ਉਲਟਾ ਨਾ ਫਸਾ ਦੇਵੇ
ਸੋ ਵ੍ਰਿਸ਼ਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਨਵਾਂ ਵਹੀਕਲ ਜਾਂ ਨਵੀਂ ਗੱਡੀ ਲੈਣ ਦੇ ਅਸਰ ਬਣਦੇ ਆ। ਤੁਹਾਨੂੰ ਰਾਸ਼ੀ ਵਾਲੇ ਭੱਜ ਦੌੜ ਭਰਿਆ ਦਿਨ ਹੈਗਾ, ਲੇਕਿਨ ਫਿਰ ਵੀ ਅੱਜ ਪਰਮਾਤਮਾ ਤੋਂ ਜੋ ਚਾਹੋਗੇ ਮਿਲ ਸਕਦਾ ਹੈ। ਮਕਰ ਰਾਸ਼ੀ ਵਾਲਿਆਂ ਦੇ ਲਈ ਪੇਟ ਦੀ ਪ੍ਰੋਬਲਮ ਸਤਾ ਸਕਦੀ ਹੈ, ਸ਼ਨੀਦੇਵ ਦੀ ਮੂਰਤੀ 'ਤੇ ਤੇਲ ਜ਼ਰੂਰ ਚੜਾ ਦਿਓ। ਕੁੰਭ ਰਾਸ਼ੀ ਵਾਲੇ ਅੱਜ ਵਿਆਜ 'ਤੇ ਜਿਹੜੇ ਤੁਸੀਂ ਪੈਸੇ ਕਿਸੇ ਨੂੰ ਦਿੱਤੇ ਹੋਏ ਸੀਗੇ ਵਾਪਸ ਮਿਲ ਸਕਦੇ ਆ। ਅਤੇ ਆਖਿਰ ਦੇ ਵਿੱਚ ਮੀਨ ਰਾਸ਼ੀ ਵਾਲੇ, ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਤੁਹਾਡੇ ਪਰਿਵਾਰ 'ਚ ਦੂਰ ਰਹਿ ਰਹੇ ਹੋ ਤੁਸੀਂ ਪਰਿਵਾਰ ਤੋਂ, ਤਾਂ ਚੰਗੇ ਸੁੱਖ ਸੁਨੇਹੇ ਚੰਗੀ ਹੈਲਪ ਉਹਨਾਂ ਤੋਂ ਮਿਲ ਸਕਦੀ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ, 30 ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94-170-2533 ਅਤੇ 98-720-2533। ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਨੰਬਰ 'ਤੇ ਫੋਨ ਕਰਕੇ ਤੁਸੀਂ ਟਾਈਮ ਲੈ ਕੇ ਫਿਰ ਕਾਇੰਡਲੀ ਜ਼ਰੂਰ ਆਇਓ। ਜਾਣ ਤੋਂ ਪਹਿਲਾਂ ਇਹ ਵੀ ਕਹਾਂਗੇ ਕਿ ਜੋਤਿਸ਼ ਇੱਕ ਕੈਲਕੂਲੇਟਿਡ ਸਾਇੰਸ ਹੈ, ਇਸ ਲਈ ਜੋਤਿਸ਼ ਦੇ ਨਾਂ 'ਤੇ ਵਹਿਮਾਂ ਭਰਮਾਂ 'ਚ ਬਿਲਕੁਲ ਨਾ ਪਈਓ। ਕਿਸੇ ਦੀਆਂ ਵੀ ਮਿੱਠੀਆਂ ਗੱਲਾਂ ਜਾਂ ਚਮਤਕਾਰਾਂ 'ਚ ਨਾ ਹਾਜੀਓ, ਨਹੀਂ ਤਾਂ ਬਾਅਦ ਦੇ ਵਿੱਚ ਲੁੱਟੇ ਜਾਣ ਤੋਂ ਇਲਾਵਾ ਕੁਛ ਵੀ ਨਹੀਂ ਬਚ ਪਾਏਗਾ। ਇੱਕ ਗੱਲ ਬਹੁਤ ਇੰਪੋਰਟੈਂਟ ਕਿ ਸਭ ਤੋਂ ਵੱਡਾ ਦਰਸਾ ਮਾਂ ਦਾ ਹੁੰਦਾ ਹੈ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਤਾਂ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਤੁਹਾਡੀ ਬਹੁਤ ਵਧੀਆ ਹੋ ਜਾਊਗੀ। ਨਸ਼ਿਆਂ ਤੋਂ ਪਰਹੇਜ਼ ਕਰਿਓ, ਦਸਵੰਧ ਕੱਢ ਕੇ ਨੇਕ ਕੰਮਾਂ ਜ਼ਰੂਰ ਖਰਚ ਕਰਦੇ ਰਹੀਓ, ਕਿਸੇ ਨੂੰ ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ। ਛੋਟੇ ਛੋਟੇ ਦਾਨ ਪੁੰਨ ਪਾਠ ਪੂਜਾ ਕਰਕੇ, ਉਪਾਅ ਕਰਕੇ ਤੁਸੀਂ ਨਿਸ਼ਚਿਤ ਰੂਪ 'ਚ ਆਪਣੀ ਤਕਦੀਰ ਨੂੰ ਸਵਾਰ ਸਕਦੇ ਹੋ। ਲੇਕਿਨ ਧੀਆਂ ਨੂੰ ਕੋਈ ਖਰਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ ਅਤੇ ਇੱਕ ਦਿਨ ਦੇ ਵਿੱਚ ਇੱਕ ਨੇਕ ਕੰਮ ਜ਼ਰੂਰ ਕਰਿਓ। ਦੇਖੋ ਫਿਰ ਪਰਮਾਤਮਾ ਤੁਹਾਡੇ 'ਤੇ ਕਿੰਨੀ ਕਿਰਪਾ ਕਰਦਾ ਹੈ। ਕੱਲ੍ਹ ਫਿਰ ਮਿਲਦੇ ਹਾਂ ਪਿਆਰੇ ਦਰਸ਼ਕੋ, ਨਮਸਕਾਰ।